ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਪਿਛਲੇ ਸਾਲ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ, ਪਰ ਉਹਨਾਂ ਨੂੰ ਗੁੱਠੇ ਲਾਉਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਦੇ ਯਾਰ ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ ਅਤੇ ਮੰਤਰੀਆਂ ਨੂੰ ਪ੍ਰਗਟ ਸਿੰਘ ਦੀ ਚਿੱਠੀ ਦਾ ਕੋਈ ਵੀ ਜਵਾਬ ਨਹੀਂ ਸੁੱਝ ਰਿਹਾ। ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੀ ਚਿੱਠੀ ਦੇ ਇੱਕ ਇੱਕ ਬੋਲ ਤੇ ਕਾਇਮ ਹਾਂ, ਸਮਾਂ ਆਉਣ ਤੇ ਸਾਰੀ ਗੱਲ ਦੱਸਾਂਗਾ। ਮੈਂ ਲੈਟਰ ਲਿਖਿਆ, ਮੈਂ ਉਸ ਲੈਟਰ 'ਤੇ ਜੋ ਲਿਖਿਆ ਮੈਂ ਉਹ 'ਤੇ ਸਟੈਂਡ ਬਾਈ ਐਂਡ ਮੈਂ ਅਪਰੋਪਰੀਏਟ ਟਾਈਮ 'ਤੇ ਜ਼ਰੂਰ ਮੀਡੀਆ ਨੂੰ ਜਿਹੜਾ ਗੱਲ ਕਹੂੰਗਾ। ਕਿਹੜੇ ਕਿਹੜੇ ਮੁੱਦੇ ਲੈ ਕੇ? ਜਿਹੜੇ ਵੀ ਮੁੱਦੇ ਹੈਗੇ ਆ ਮੈਂ ਤਾਂ ਹੁਣ ਤਾਂ ਸਾਰਿਆਂ ਕੋਲ ਓਪਨ ਹੀ ਹੋ ਗਿਆ ਉਹ ਤਾਂ, ਸੋ ਇਸ ਕਰਕੇ ਜੋ ਮੈਂ ਕਿਹਾ ਮੈਂ ਉਹਦੇ 'ਤੇ ਸਟੈਂਡ ਕਰ। ਤੁਸੀਂ ਇਹ ਲੈਟਰ ਹੋਰ ਵੀ ਕਿਤੇ ਭੇਜਿਆ ਸੀ ਐਮ ਸਰ? ਮੈਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਮਿਸਿਸ ਸੋਨੀਆ ਗਾਂਧੀ ਜੀ ਨੂੰ ਭੇਜਿਆ ਔਰ ਜਾਖੜ ਜੀ ਨੂੰ। ਕਦੋਂ ਤੱਕ ਤੁਸੀਂ ਮੀਡੀਆ ਸਾਹਮਣੇ ਸਾਰੇ ਮੁੱਦੇ ਲੈ? ਮੈਂ ਡੈਫੀਨੇਟਲੀ ਮੈਂ ਪ੍ਰੋਪਰੀਏਟ ਟਾਈਮ 'ਤੇ ਜ਼ਰੂਰ ਗੱਲ ਕਰਾਂ। ਲੱਗਦਾ ਤੁਹਾਨੂੰ ਮੁੱਦੇ ਹੋ ਜਾਣਗੇ ਸਾਰੇ? ਕਰਨੇ ਚਾਹੀਦੇ ਆ, ਸੋਲਵ ਹੋਣੇ ਚਾਹੀਦੇ ਆ, ਪੋਜ਼ਿਟਿਵ। ਮੈਂ ਤਾਂ ਹਮੇਸ਼ਾ ਆਸ਼ਾਵਾਦੀ ਬੰਦਾ ਹੈਗਾ ਔਰ ਸਿਸਟਮ ਲਈ ਕੰਮ ਕਰਦਾ। ਦੂਜੇ ਪਾਸੇ ਪੰਜਾਬ ਸਰਕਾਰ ਵਿਚਲੇ ਮੰਤਰੀਆਂ ਨੂੰ ਪ੍ਰਗਟ ਸਿੰਘ ਦੀ ਚਿੱਠੀ 'ਤੇ ਕੋਈ ਵੀ ਜਵਾਬ ਸੁੱਝਦਾ ਦਿਖਾਈ ਨਹੀਂ ਦਿੰਦਾ ਹੈ। ਸਰਕਾਰ ਵਿੱਚ ਮੰਤਰੀ ਓਪੀ ਸੋਨੀ ਦਾ ਕਹਿਣਾ ਹੈ ਕਿ ਕੋਈ ਪਰਸਨਲ ਪ੍ਰੋਬਲਮ ਹੋਏਗੀ ਪ੍ਰਗਟ ਸਿੰਘ ਨੂੰ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ। ਵੇਖੋ, ਪ੍ਰਗਟ ਜੀ ਨੇ ਜੋ ਕਿਹਾ ਇਹਨਾਂ ਦੀ ਸੋਚ ਆ, ਲੋਕਾਂ ਦੇ ਨੁਮਾਇੰਦੇ ਨੇ, ਲੋਕਾਂ ਨੇ ਜੇ ਕੋਈ ਇਹਨਾਂ ਨੂੰ ਦੱਸਣਾ ਇਹਨਾਂ ਨੇ ਆਪਣੀ ਗੱਲ ਕਰਨੀ ਹੈ। ਹੁਣ ਹਰ ਇੱਕ ਦਾ ਆਪੋ ਆਪਣੇ ਹਲਕੇ ਨੇ, ਆਪੋ ਆਪਣੀ ਮੁਸ਼ਕਿਲ ਆ, ਸ਼ਾਇਦ ਇਹਨਾਂ ਦੇ ਹਲਕੇ ਦੀ ਕੋਈ ਮੁਸ਼ਕਿਲ ਹੋਵੇ। ਉਹ ਵੇਖੋ, ਇਹਨਾਂ ਨੇ ਸੀ ਐਮ ਸਾਹਿਬ ਨੂੰ ਲੈਟਰ ਲਿਖਿਆ, ਸੋ ਜਿਹੜਾ ਕੋਈ ਲੈਟਰ ਇਹਨਾਂ ਲਿਖਿਆ ਸੀ ਐਮ ਸਾਹਿਬ ਉਹਦੇ 'ਤੇ ਜਵਾਬ ਦੇਣਗੇ। ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਪ੍ਰਗਟ ਸਿੰਘ ਦੀ ਚਿੱਠੀ ਨਾਲ ਬਿਲਕੁਲ ਵੀ ਸਹਿਮਤ ਨਹੀਂ। ਉਹ ਤਾਂ ਕਹਿੰਦੇ ਨੇ ਕਿ ਪ੍ਰਗਟ ਸਿੰਘ ਨੂੰ ਕੋਈ ਆਪਣੀ ਸਮੱਸਿਆ ਹੋਏਗੀ, ਸਰਕਾਰ ਤਾਂ ਬਹੁਤ ਵਧੀਆ ਚੱਲ ਰਹੀ ਹੈ। ਦੇਖੋ, ਗੱਲ ਇੱਦਾਂ ਹੈ, ਡੈਮੋਕ੍ਰੇਸੀ ਹੈਗੀ ਆ, ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਉਹ ਹੈਗਾ, ਜੋ ਕਿਸ ਤਰੀਕੇ ਨਾਲ ਕਹਿੰਦਾ ਕਿਸ ਤਰੀਕੇ ਨਾਲ ਕਹਿੰਦਾ, ਅਤੇ ਇੱਦਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ ਹੋ ਸਕਦਾ ਉਹਨੂੰ ਕੋਈ ਪਰਸਨਲ ਪ੍ਰੋਬਲਮ ਹੋਵੇ, ਲੇਕਿਨ ਮੈਂ ਨਹੀਂ ਕਹਿੰਦਾ ਵੀ ਇਹਦਾ ਕੋਈ, ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ, ਬੜੀ ਅੱਛੀ ਚੱਲ ਰਹੀ ਹੈ। ਦਰਅਸਲ ਪਿਛਲੇ ਦਿਨੀ ਪ੍ਰਗਟ ਸਿੰਘ ਦੀ ਇੱਕ ਚਿੱਠੀ ਮੀਡੀਆ ਦੇ ਵਿੱਚ ਲੀਕ ਹੋ ਗਈ ਸੀ, ਜਿਸ ਵਿੱਚ ਸਿੱਧੇ ਤੌਰ 'ਤੇ ਸਾਰੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਏ ਗਏ ਸਨ ਕਿ ਸਾਡੀ ਸਰਕਾਰ ਨੇ 3 ਸਾਲ ਦੇ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਲੋਕਾਂ ਦੇ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ ਕਿ ਸਾਡੀ ਸਰਕਾਰ ਨਿਕੰਮੀ ਹੈ, ਕੋਈ ਕੰਮ ਨਹੀਂ ਕਰਦੀ ਹੈ। ਪ੍ਰਗਟ ਸਿੰਘ ਨੇ ਉਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਆ ਕੇ ਜਦੋਂ ਮੀਡੀਆ ਨੇ ਪੁੱਛਿਆ ਕਿ ਕੀ ਤੁਸੀਂ ਇਹ ਚਿੱਠੀ ਲਿਖੀ ਹੈ, ਚਿੱਠੀ ਸਹੀ ਹੈ, ਤਾਂ ਕਹਿੰਦੇ ਨੇ ਹਾਂ ਇਹ ਚਿੱਠੀ ਮੈਂ ਹੀ ਲਿਖੀ ਹੈ ਅਤੇ ਇੱਕ ਇੱਕ ਸ਼ਬਦ 'ਤੇ ਮੈਂ ਖੜਾ, ਬਿਲਕੁਲ ਸਹੀ ਗੱਲ ਮੈਂ ਲਿਖੀ ਹੈ। ਇਸ ਤੋਂ ਪਹਿਲਾਂ ਵੀ ਪ੍ਰਗਟ ਸਿੰਘ ਨੇ ਦਸੰਬਰ ਦੇ ਮਹੀਨੇ ਵਿੱਚ ਵੀ ਇੱਕ ਚਿੱਠੀ ਲਿਖੀ ਸੀ, ਉਸ ਦੇ ਵਿੱਚ ਵੀ ਵਾਅਦੇ ਯਾਦ ਕਰਵਾਏ ਗਏ ਸਨ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਸਾਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਨੇ। ਲੋਕ ਸਾਨੂੰ ਗੱਲਾਂ ਬਾਤਾਂ ਕਰਨ ਲੱਗੇ ਨੇ, ਜਦੋਂ ਅਸੀਂ ਲੋਕਾਂ ਵਿੱਚ ਜਾਂਦੇ ਹਾਂ ਤਾਂ ਲੋਕ ਸਾਨੂੰ ਪੁੱਛਦੇ ਨੇ ਕਿ ਤੁਸੀਂ ਕਾਂਗਰਸ ਪਾਰਟੀ, ਤੁਹਾਡੀ ਸਰਕਾਰ ਹੈ, ਤੁਸੀਂ ਉਸੇ ਦੇ ਵਿਧਾਇਕ ਹੋ, ਤੁਸੀਂ ਕੀਤਾ ਕੀ ਹੈ 3 ਸਾਲ ਦੇ ਵਿੱਚ। ਇਸ ਕਰਕੇ ਸਾਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਨੇ, ਜਿਸ ਦੇ ਵਿੱਚ ਬੇਅਦਬੀ ਦਾ ਮੁੱਦਾ, ਨਸ਼ੇ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਇਸ ਤੋਂ ਇਲਾਵਾ ਜੋ ਬਿਜਲੀ ਦਾ ਵਾਧੇ ਰੇਟਾਂ ਦਾ ਮੁੱਦਾ ਉਹ ਵੀ ਚੁੱਕਿਆ ਗਿਆ, ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਸਾਰੇ ਮਾਫੀਆ ਵੀ ਕਹਿੰਦੇ ਨੇ ਕਿ ਉਸੇ ਤਰ੍ਹਾਂ ਚੱਲ ਰਹੇ ਨੇ, ਸਾਨੂੰ ਇਹਨਾਂ 'ਤੇ ਨਕੇਲ ਕੱਸਣੀ ਚਾਹੀਦੀ ਹੈ। ਪਰ ਹੁਣ ਮੰਤਰੀ ਫਸਦੇ ਦਿਖਾਈ ਦਿੰਦੇ ਨੇ, ਉਹ ਵਿਚਾਰੇ ਕੀ ਕਹਿਣ, ਆਪਣੇ ਜੋ ਮੁਖੀ ਹੈ ਉਸ ਨੂੰ ਤਾਂ ਕੁਝ ਕਹਿ ਨਹੀਂ ਸਕਦੇ। ਇਸ ਕਰਕੇ ਪ੍ਰਗਟ ਵਿੱਚ ਹੀ ਖਾਮੀਆਂ ਲੱਭਦੇ ਇਹ ਮੰਤਰੀ ਦਿਖਾਈ ਦਿੰਦੇ ਨੇ। ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਸੀ ਅਤੇ ਹੁਣ ਵਾਰੀ ਆਈ ਹੈ ਪ੍ਰਗਟ ਸਿੰਘ ਦੀ, ਅਤੇ ਉਹਨਾਂ ਨੇ ਤਾਂ ਚੇਤਾਵਨੀ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤੀ ਹੈ। ਕਹਿੰਦੇ ਨੇ ਹਰ ਵਾਰ ਜਦੋਂ ਪੁੱਛਦੇ ਹਾਂ ਕਿ ਚਿੱਠੀ ਬਾਰੇ ਤੁਹਾਡਾ ਕੀ ਕਹਿਣਾ, ਕਿਉਂ ਲਿਖੀ ਹੈ, ਤਾਂ ਕਹਿੰਦੇ ਨੇ ਕਿ ਗੱਲ ਦੱਸਾਂਗਾ ਜ਼ਰੂਰ, ਸਾਰੀ ਗੱਲ ਦੱਸਾਂਗਾ, ਪਰ ਸਹੀ ਸਮਾਂ ਆਉਣ 'ਤੇ ਦੱਸਾਂਗਾ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਕੋਈ ਵੱਡਾ ਧਮਾਕਾ ਵੀ ਕਰ ਸਕਦੇ ਨੇ, ਪ੍ਰੈਸ ਕਾਨਫਰੰਸ ਕਰਕੇ ਸਾਰੀਆਂ ਪੋਲਾਂ ਆਪਣੀ ਸਰਕਾਰ ਦੀਆਂ ਵੀ ਖੋਲ ਸਕਦੇ ਨੇ। ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਗਟ ਸਿੰਘ ਨੂੰ ਇਹ ਚਿੱਠੀਆਂ ਲਿਖਣੀਆਂ ਕਿਉਂ ਪੈ ਰਹੀਆਂ ਨੇ? ਕਿਉਂਕਿ ਅਕਾਲੀ ਦਲ ਕਹਿੰਦਾ ਹੈ ਕਿ ਜਾਣ ਬੁੱਝ ਕੇ ਕਾਂਗਰਸੀ ਵਿਧਾਇਕ ਲੋਕਾਂ ਤੋਂ ਪਿੱਛਾ ਛਡਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਣ ਲੱਗੇ ਨੇ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਗਟ ਸਿੰਘ ਪਿੱਛਾ ਛਡਾਉਣ ਲਈ ਚਿੱਠੀਆਂ ਲਿਖ ਰਹੇ ਨੇ, ਜਾਂ ਉਹਨਾਂ ਨੂੰ ਸੱਚਮੁੱਚ ਲੱਗਦਾ ਹੈ ਕਿ ਸਾਡੀ ਸਰਕਾਰ ਕੁਝ ਨਹੀਂ ਕਰ ਰਹੀ ਅਤੇ ਕਰਨਾ ਚਾਹੀਦਾ ਹੈ, ਤਾਂ ਹੀ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਬਚਾਂਗੇ। ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਇਸੇ ਤਰ੍ਹਾਂ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾਉਣਾ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ।